नमस्कार दोस्तों, मैं हाँ नवरूप सलवान। आज की इस खास वीडियो दे विच खास एंटरटेनिंग तत् दे नाल हाजिर हाँ। लास्ट नाइट एक कॉल आई जिस विच मैनू कहा कि रैया के गुरुद्वारा चौंक विच पहुँचो, सरप्राइज है जी। ठीक है, सरप्राइज है तो जरूर पहुँचांगे। मिस्टर विशाल मन्नन उन्होंने मैनू फोन आया तो मैं जब गुरुद्वारा चौंक के पहुँचा छोटे हाथी के एक चीज़ लगी हुई सी जो कि स्पेशली लोहड़ी वास्ते। लोहड़ी का त्यौहार बहुत ही फेमस आ ऑल ओवर द वर्ल्ड बिकॉज ये पंजाब का खास त्यौहार है। मैं जाके वेख्या वाकया ही सरप्राइज सी। 12 फुट का एक गुड्डा छोटे हाथी के लद के उन्होंने अमृतसर तो रैया विच लैके आए सी ते उन उतार रहे सी। जब मैं वेख्या मेरे हाइट तो बिल्कुल उपर का गुड्डा तो मैं हैरान हो गया। मैं उन्होंने शौक को वेख के बहुत ही वधिया महसूस किया। लोग उत्थे इकट्ठे हो गए उस गुड्डे को वेखण वास्ते। चलो तुहानू भी विखाउणा किवें उन्होंने गुड्डा लिया, किवें छोटी छोटे हाथी दे विच उन्होंने लत के लिया, हवा तो बचा के लिया, तो किवें दा उन्हां दा जिहड़ा सारे का सारा जिहड़ा एरिया सी उन्हां वल वेख के अट्रैक्ट होया। चलो वेखते हैं जी। कोई मुल नहीं है लोहड़ी का जो त्यौहार है वो मैं बहुत पसंद करता हूँ जी। और मैं जो 12 फुट जो गुड्डा बनाया जी जो बाबकाले 128 पिंड जो कभी नहीं किसी ने वेख्या होगा ना कभी इतने उड़िया होगा। बस आप लोहड़ी वाले दिन उड़ावे और छोटे हाथी जिन्हों लैके आए हैं अमृतसर तो स्पैशल बनाए हैं, 4 गुड्डे बनाए हैं जी।
ਸੇਮ ਵੱਡੇ ਵੱਡੇ ਬੁੱਢੇ ਤੁਹਾਨੂੰ ਲੋਹੜੀ ਦੇ ਉੱਪਰ ਉੱਡਦੇ ਨਜ਼ਰ ਆਉਣਗੇ। ਸੋ ਆਹ ਪਿੱਛੇ ਮੇਰੇ ਨਜ਼ਰ ਆ ਰਹੇ ਨੇ ਅਤੇ ਵਿਸ਼ਾਲ ਮੰਨਣ ਜੀ ਇਹਨਾਂ ਗੁੱਡਿਆਂ ਨੂੰ ਸਾਂਭਦੇ ਹੋਏ। ਮੰਨਣ ਸਾਹਿਬ ਹਾਂਜੀ 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 ਨਮਸਕਾਰ ਜੀ। ਕਿਵੇਂ ਦਾ ਮਹਿਸੂਸ ਹੋ ਰਿਹਾ ਸਰ? ਮਤਲਬ ਮੈਨੂੰ ਤਾਂ ਐਂ ਮਹਿਸੂਸ ਹੋ ਰਿਹਾ ਜੀ ਜਿੱਦਾਂ ਮੇਰੇ ਘਰ 'ਤੇ ਵਿਆਹ ਵਾਲਾ ਮਾਹੌਲ ਹੁੰਦਾ ਸੀ। ਤੁਸੀਂ ਇੰਨੀ ਹਲਕੇ 'ਚ ਖੁਸ਼ੀ ਮਹਿਸੂਸ ਕੀਤੀ ਹੈ, ਤੁਸੀਂ ਦੇਖਿਆ ਹੋਣਾ ਚੌਂਕ 'ਚ ਜਦੋਂ ਮੈਂ ਲੈ ਕੇ ਆਇਆ ਕਿੰਨੇ ਲੋਕ ਐਕਸਾਈਟਡ ਸੀ ਗੁੱਡੇ ਨੂੰ ਦੇਖਣ ਲਈ, ਔਰ ਜਦੋਂ ਉੱਡੂਗਾ ਤਾਂ ਕਿੰਨੀ ਵਧੀਆ ਨਜ਼ਾਰਾ ਹੋਊਗਾ ਜਦੋਂ। ਸਭ ਤੋਂ ਪਹਿਲੀ ਗੱਲ, ਆਈਡੀਆ ਕਿੱਥੋਂ ਆਇਆ? ਆਈਡੀਆ ਜੀ ਇੱਦਾਂ ਦਾ ਆਈਡੀਆ ਲਿਆਉਣਾ ਅਤੇ 2012 ਦੀ ਗੱਲ ਆ, 12 ਤੋਂ 15 ਦੇ ਵਿੱਚ ਦੀ ਗੱਲ ਆ। ਮੈਂ ਲੁਧਿਆਣੇ ਰਹਿੰਦਾ ਸੀ, ਜੋਬ ਕਰਦਾ ਸੀ ਪ੍ਰਾਈਵੇਟ, ਔਰ ਉੱਥੇ ਜਿਹੜੇ ਮੈਂ ਐਡੇ ਵੱਡੇ ਵੱਡੇ ਗੁੱਡੇ ਮੈਂ ਸਟਾਰਟਿੰਗ ਤੋਂ ਹੀ ਪਹਿਲੇ ਡਾ ਚੁੱਕਾ, ਫਸਟ ਟਾਈਮ ਨਹੀਂ ਮੈਂ ਡਾਉਣ ਲੱਗਾ। ਫਸਟ ਟਾਈਮ ਸਿਰਫ ਬਾਬਾ ਵਾਲੇ ਹਲਕੇ 'ਚ ਜਿਹੜਾ ਇਹ ਗੁੱਡਾ ਐਡੇ ਵੱਡੇ ਉੱਡੇ ਜਾਣਗੇ, ਲੇਕਿਨ ਇਹ ਜਿਹੜੇ ਮੈਂ ਗੁੱਡੇ ਮੈਂ ਪਹਿਲੇ ਆਲਰੇਡੀ ਲੁਧਿਆਣੇ ਡਾ ਚੁੱਕਾ। ਅੱਛਾ ਜੀ। ਔਰ ਫਿਰ ਮੈਂ ਅੰਮ੍ਰਿਤਸਰ ਗਿਆ, ਮੇਰੀ ਹੁਣ ਜੋਬ ਆ ਪ੍ਰਾਈਵੇਟ ਜੋਬ ਮੈਂ ਕਰਦਾ, ਮੈਂ ਅੰਮ੍ਰਿਤਸਰ ਉੱਥੇ ਦੇਖਿਆ ਵੀ ਗੁੱਡੇ ਲੱਗੇ ਆ, ਮੈਂ ਉੱਥੇ ਗਿਆ ਸ਼ੋਪ 'ਤੇ ਪੁੱਛਿਆ ਉਹਨੂੰ ਮੈਂ ਵੀ ਤੁਹਾਡੇ ਕੋਲ ਐਡਾ ਵੱਡਾ 12 ਫੁੱਟ ਵੱਡਾ ਗੁੱਡਾ ਜਿਹੜਾ ਮਿਲ ਜੂਗਾ? ਕਹਿੰਦੇ ਮਿਲ ਜੂਗਾ ਜੀ। ਅਤੇ ਮੈਂ ਕਿਹਾ ਮੈਨੂੰ ਇਹ ਜਿਹੜੇ ਆ 4-5 ਗੁੱਡੇ ਔਰ ਬਾਕੀ 6-6 ਫੁੱਟ ਦੇ ਜਿਹੜੇ ਮੈਂ 5 ਗੁੱਡੇ। ਅੱਛਾ, ਇੱਧਰ 6 ਫੁੱਟ ਦੇ ਆ, ਇੱਧਰ 12 ਫੁੱਟ, ਇੱਧਰ 12 ਫੁੱਟ। ਅੱਛਾ ਠੀਕ ਹੈ ਜੀ। ਅਤੇ ਔਰ ਇਹਦੇ ਜੇ ਮੈਂ ਖਰਚੇ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਲੱਗਦਾ ਖਰਚਾ ਜੀ ਇਹਦਾ ਤਕਰੀਬਨ ਸੈਲਰੀ ਨਹੀਂ, ਇੱਕ ਸੈਲਰੀ ਨਹੀਂ ਆਪਾਂ ਕਹਿ ਸਕਦੇ, ਕੁਆਟਰ ਜਿਹੜਾ ਹੁੰਦਾ ਜੀ ਉਹ ਲੱਗ ਗਿਆ ਮੇਰਾ ਸੈਲਰੀ ਦਾ। 5,000 ਰੁਪਏ ਜਿਹੜਾ ਇਹ ਗੁੱਡਿਆਂ ਦਾ ਲੱਗਿਆ, ਪਲੱਸ 1,500 ਰੁਪਏ ਜਿਹੜਾ ਮੈਂ ਉਹਨੂੰ ਛੋਟੇ ਹਾਥੀ 'ਚ ਲੈ ਕੇ ਆਇਆ, ਉਹ ਤੁਸੀਂ ਸਟਾਰਟਿੰਗ 'ਚ ਦੇਖੋਗੇ ਵੀ ਉਹਨੂੰ ਮੈਂ ਲੈ ਕੇ। ਜ਼ਿਆਦਾਤਰ ਗੁੱਡੇ ਜਿਹੜੇ ਆ ਨਾ ਉਹ ਉੱਡਦੇ ਨਜ਼ਰ ਆਏ ਆ, ਆ ਪਹਿਲਾ ਗੁੱਡਾ ਵੇਖਿਆ ਜਿਹੜਾ ਪਹਿਲਾਂ ਛੋਟੇ ਹਾਥੀ 'ਚ ਆਇਆ ਫਿਰ ਉੱਡੇਗਾ। ਦੇਖੋ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਜੀ। ਅੱਛਾ ਜੀ, ਇੱਕ ਮੈਨੂੰ ਸ਼ੌਂਕ ਸੀ। ਹਾਂਜੀ, ਜਿਹੜਾ ਗੁੱਡਾ ਲਿਖ ਵਿਖ ਰਿਹਾ ਹੈ ਇਹਦੇ 'ਚ ਮੈਂ ਜੀ ਆਪਣੇ ਫੈਮਿਲੀ ਦਾ ਨਾਮ ਲਿਖਿਆ ਜੀ, ਗੋਤਰ ਆ ਸਾਡਾ ਮੰਨਣ, ਔਰ ਲਿਖਿਆ ਹੋਇਆ ਮੰਨਣ ਫੈਮਿਲੀ। ਅੱਛਾ ਜੀ। ਅਤੇ ਜਦੋਂ ਇਹ ਡਾਉਣੇ ਕਿਤੋਂ? ਲੋਹੜੀ ਵਾਲੇ ਦਿਨ ਡਾਊਂਗਾ ਜੀ, ਉਹ ਡਾਊਂਗਾ ਵੀ ਮੈਂ ਟਾਈਮ ਦੇ ਦੇਣਾ, 3 ਵਜੇ ਤੋਂ ਬਾਅਦ ਮੈਂ ਡਾਊਂਗਾ, ਪਹਿਲੇ ਮੈਂ ਔਫਿਸ ਜਾਣਾ ਆਪਣੇ, ਔਫਿਸ ਤੋਂ ਆ ਕੇ ਮੈਂ ਡਾਊਂਗਾ, ਉਹ ਡਾਊਂਗਾ ਉਦੋਂ ਜਦੋਂ ਲੋਕ ਬਿਲਕੁਲ ਥੱਕ ਥੁੱਕ ਜਾਣਗੇ, ਜਿਹੜਾ ਕੋਈ ਹੱਥ ਨਾ ਮਾਰੇ। ਮੈਂ ਬੜੇ ਸ਼ੌਂਕ ਦੇ ਨਾਲ ਬਣਾਏ ਆ, ਔਰ ਵਧੀਆ ਲੱਗੂਗਾ, ਦੇਖਦੇ ਹਾਂ ਪਹੁੰਚੋ, ਮੌਸਮ ਠੀਕ ਰਹੇ, ਭਗਵਾਨ ਦੀ ਕਿਰਪਾ ਰਹੇ। ਇੱਕ ਚੀਜ਼ ਹੋਰ, ਪਤੰਗ ਲਿਆਂਦੀ, ਪੈਸੇ ਲਾਏ, ਬੜਾ ਸ਼ੌਂਕ, ਠੀਕ ਹੈ, ਸ਼ੌਂਕ ਨਾਲ ਡਾਈ ਡਾਈ ਬੋ? ਨਹੀਂ ਜੀ ਨਹੀਂ, ਇਹ ਜੀ ਬੋ ਹੋਣ ਵਾਲੀ ਗੁੱਡੇ ਨਹੀਂ ਹੈ, ਮੈਂ ਇਹਦੇ ਨਾਲ ਨੋਟ ਵੀ ਬਣੂੰਗਾ। ਅੱਛਾ, ਅਗਰ ਮੈਂ ਐਡਾ ਵੱਡਾ ਗੁੱਡਾ ਲਿਆਂਦਾ ਵਾ, ਮੈਂ ਵੀਡੀਓ ਵੀ ਬਣਾਊਂਗਾ, 500 ਰੁਪਏ ਦਾ ਨੋਟ ਬਣ ਕੇ ਇਹਨੂੰ ਬਣਾਊਂਗਾ। ਮੈਂ ਉਸ ਦਿਨ ਲੋਹੜੀ ਵਾਲੇ ਦਿਨ ਮੈਂ ਵੀ ਰਾਈਟ ਵੈਲਕਮ ਹੈ ਸਮਾਨ ਸਾਹਿਬ, ਤੁਸੀਂ ਆਇਓ ਜ਼ਰੂਰ, ਮੈਨੂੰ ਹੋਰ ਵਧੀਆ ਲੱਗੂਗਾ ਤੁਸੀਂ ਆਓਗੇ। ਅੱਛਾ, ਮੈਂ ਜੀ ਲੋਹੜੀ ਵਾਲੇ ਦਿਨ ਵੱਡੇ ਗੁੱਡੇ ਦੇ ਨਾਲ 500 ਰੁਪਏ ਦਾ ਨੋਟ ਬਣ ਕੇ ਡਾਊਂਗਾ, ਆਪਣਾ ਮੋਬਾਈਲ ਨੰਬਰ ਲਿਖੂੰਗਾ, ਜਿਹੜਾ ਇਹ ਬੰਦਾ ਗੁੱਡਾ ਲੁੱਟ ਲਏਗਾ ਮੈਨੂੰ ਸੈਲਫੀ ਦੇ ਨਾਲ ਆਪਣਾ ਉਹ ਦਿਖਾਵੇ, ਪਲੱਸ ਉਹਨੂੰ ਇੱਕ ਸਰਪ੍ਰਾਈਜ਼ ਗਿਫਟ ਵੀ ਮੇਰੇ ਵੱਲੋਂ ਦਿੱਤਾ ਜਾਊਗਾ। ਪਹਿਲੀ ਗੱਲ ਤਾਂ ਇਹ ਬੋ ਹੋਣ ਵਾਲਾ ਨਹੀਂ, ਇੱਕ ਵਾਰੀ ਹੋ ਆਪਿਆਂ ਦੀ ਦੇਰ ਆ, ਇਹਨੇ ਬੋ ਨਹੀਂ ਹੋਣਾ, ਜਿਹੜਾ ਮਰਜ਼ੀ ਕੋਈ ਲੱਗੇ ਉਹ ਮੇਰੇ ਖਿੱਚਾ ਕਰੀ ਹੈ ਜਾਂ ਜੋ ਵੀ ਹੈ, ਮੰਨਣ ਸਾਹਿਬ ਮੰਨਣ ਜੀ ਨੂੰ ਪੂਰਾ ਪੂਰਾ ਕੋਨਫੀਡੈਂਸ ਹੈ, ਗੁੱਡਾ ਉੱਡੇਗਾ ਅਤੇ ਲਗਾਤਾਰ ਉੱਡੇਗਾ ਅਤੇ ਬੜਾ ਲੰਬਾ ਸਮਾਂ ਉੱਡੇਗਾ। ਰਾਈਟ ਰਾਈਟ, ਰਈਏ ਦੇ ਵਿੱਚ ਪ੍ਰੋਪਰਲੀ ਇਹ ਚੈਲੰਜ ਵੀ ਕਰਦੇ ਹੈ ਕਿ ਇਸ ਗੁੱਡੇ ਨੂੰ ਲੁੱਟਣ ਵਾਲੇ ਨੂੰ ਜਿਹੜਾ ਉਹ ਇਨਾਮ ਵੀ ਦਿੱਤਾ ਜਾਊਗਾ, ਅਤੇ ਬੋ ਕਰਨ ਵਾਲੇ ਨੂੰ, ਕੱਟਣ ਵਾਲੇ ਨੂੰ ਜਾਂ ਕਹਿ ਲਓ ਕਿ ਇਸ ਪਤੰਗ ਨੂੰ ਕੱਟਣ ਵਾਲੇ ਨੂੰ ਵੀ ਪ੍ਰੋਪਰ ਇਨਾਮ ਦਿੱਤਾ ਜਾਊਗਾ। ਰਾਈਟ, ਮੈਂ ਮੈਨੂੰ ਜ਼ਿਆਦਾ ਮੈਂ ਖੁਸ਼ੀ ਮਹਿਸੂਸ ਕਰੂੰਗਾ ਵੀ ਕੋਈ ਮੇਰੇ ਨਾਲ ਜਿਹੜਾ ਉਹ ਢੇਲਦਾ ਪੇਚਾ ਘੱਲੇ। ਦੇਖੋ ਜੀ ਹੱਥ ਤਾਂ ਸਾਰੇ ਮਾਰਦੇ ਆ, ਹੱਥ ਮਾਰਨ ਨਾਲ ਕੀ ਹੋਜੂਗਾ? ਮੈਂ ਡਾਊਂਗਾ ਉਹ ਹੱਥ ਮਾਰ ਜੂਗਾ ਕੀ, ਮਤਲਬ ਉਹਨੂੰ ਉਹ ਕੀ ਖੁਸ਼ੀ ਮਹਿਸੂਸ ਕਰੂਗਾ, ਉਹਦਾ ਕੀ ਰੈਕਟ ਆ? ਉਹ ਤਾਂ ਉਹੀ ਜਾਣ ਸਕਦਾ, ਬਟ ਦੁੱਖ ਤਾਂ ਲੱਗਦਾ ਹੀ ਹੈ ਵੀ ਇੰਨਾ ਵੱਡਾ ਗੁੱਡਾ ਲੈਂਦਾ, ਅਗਰ 5-10 ਮਿੰਟ ਹਵਾ 'ਚ ਅੱਧਾ ਘੰਟਾ ਨਹੀਂ ਰਿਹਾ ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਮੈਂ ਅਪੀਲ ਵੀ ਕਰਨਾ ਚਾਹੁੰਦਾ, ਜਿਹੜੀ ਹੈ ਵਿਦਆਊਟ ਗੱਟੂ ਤੋਂ ਜਿਹੜਾ ਇਹ ਮੈਂ ਡਾਊਂਗਾ, ਜਦੋਂ ਦਾ ਇਹ ਗੁੱਡਾ ਗੁਰਦੁਆਰਾ ਚੌਂਕ ਰਈਆ ਵਿਖੇ ਆ ਕੇ ਲੈਂਡ ਕਹਿ ਲਓ, ਕਿਉਂਕਿ ਉੱਡ ਕੇ ਆਇਆ, ਅਤੇ ਜਦੋਂ ਦਾ ਆਇਆ ਅਤੇ ਬੱਚੇ ਜਿਹੜੇ ਆ ਨਾ ਲਗਾਤਾਰ ਇਸ ਚੀਜ਼ ਦੇਖਣ ਵਾਸਤੇ ਆ ਰਹੇ ਨੇ, ਇੱਧਰ ਵੇਖੋ ਇਹ ਬੱਚੇ ਇੱਧਰ ਵੀ ਬੈਠੇ ਹੋਏ ਨੇ, ਠੀਕ ਹੈ। ਤੁਸੀਂ ਦੇਖਿਆ ਹੀ ਆ ਵੀਡੀਓ 'ਚ, ਤੁਸੀਂ ਤਾਂ ਲੋਕਾਂ ਦਾ ਵਿਊ ਲੈ ਸਕਦੇ ਹੋ ਵੀ ਉਹਨਾਂ ਨੇ ਕਹਿਣਾ ਵੀ ਇਹ ਕੀ ਹੈ, ਇਹ ਤਾਂ ਲੋਕ ਹੀ ਦੱਸ ਸਕਦੇ ਆ ਵੀ ਉਹਨਾਂ ਦਾ ਮੇਰੇ ਪ੍ਰਤੀ ਕੀ ਰਿਵਰਟ ਆ ਜਾਂ ਕੀ ਹੈ। ਔਰ ਅੱਜ ਮੇਰੇ ਭਤੀਜੇ ਦਾ ਅੱਜ ਬਰਥਡੇ ਵੀ ਹੈ, ਤੇਰਾ ਹੈਪੀ ਬਰਥਡੇ, ਸਰਪ੍ਰਾਈਜ਼ ਗਿਫਟ ਆ ਮੇਰੇ ਭਤੀਜੇ ਦਾ। ਅੱਛਾ, ਚਲੋ ਮਨ ਸਾਹਿਬ
ਗੱਲ ਇੱਦਾਂ ਕਿ ਇਸ ਵੀਡੀਓ ਰਾਹੀਂ ਅਸੀਂ ਰਈਆ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ, ਸ਼ੌਂਕ ਹੋਵੇ ਤਾਂ ਇਹੋ ਜਿਹੇ ਕੰਮ ਹੁੰਦੇ ਆ ਜੀ ਹੁੰਦੇ ਆ ਜੀ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਲੋਹੜੀ ਦਾ ਜਿਹੜਾ ਬਹੁਤ ਹੀ ਵਧੀਆ ਤਿਉਹਾਰ ਇਸ ਵਾਰੀ ਜਿਹੜਾ ਆ ਰਿਹਾ ਉਸ ਉੱਪਰ ਇਹ ਗੁੱਡਾ ਉੱਡੇਗਾ ਅਤੇ ਰਈਆ ਵਾਸੀਆਂ ਦੀ ਜਿਹੜੀ ਅਟਰੈਕਸ਼ਨ ਦਾ ਜਿਹੜਾ ਖਿੱਚ ਦਾ ਕੇਂਦਰ ਬਣੇਗਾ। ਠੀਕ ਹੈ ਜੀ। ਅਤੇ ਮਨ ਸਾਹਿਬ ਪਹਿਲਾਂ ਵੀ ਬੜੇ ਤਗੜੇ ਤਗੜੇ ਜਿਹੜੇ ਕਾਰੇ ਕਰਦੇ ਰਹੇ ਨੇ ਅਤੇ ਇਸ ਵਾਰ ਵੀ ਲੋਹੜੀ 'ਤੇ ਬੜਾ ਬਹੁਤ ਤਗੜਾ ਕਾਰਾ ਕਰ ਚੁੱਕੇ ਨੇ ਅਤੇ ਆਸ ਕਰਦੇ ਹਾਂ ਕਿ ਲੋਹੜੀ ਬਹੁਤ ਵਧੀਆ ਲੰਘੇਗੀ ਇਸ ਗੁੱਡੇ ਦੇ ਨਾਲ। ਸੋ ਤਦ ਤੱਕ ਲਈ ਸਾਡਾ ਜਿਹੜਾ ਚੈਨਲ ਆ ਸਬਸਕ੍ਰਾਈਬ ਕਰ ਦਿਉ, ਲਾਈਕ ਕਰ ਦਿਉ ਅਤੇ ਸ਼ੇਅਰ ਜ਼ਰੂਰ ਕਰਿਓ ਅਗਰ ਕੰਮ ਦੀ ਵੀਡੀਓ ਵਧੀਆ ਲੱਗੀ। ਅੱਗੇ ਜ਼ਰੂਰ ਫੋਰਵਰਡ ਕਰਿਓ ਜੀ। ਦੇਖੋ ਜੀ, ਇਹ ਨਵਰੂਪ ਜੀ ਦੀ ਵੀ ਬਹੁਤ ਵੱਡੀ, ਮੇਰੇ ਬ੍ਰਦਰ ਦਾ ਛੋਟੇ, ਬਹੁਤ ਵੱਡਾ ਇਹਨਾਂ ਦਾ ਉਪਰਾਲਾ ਵਾ। ਇਹ ਟਾਈਮ ਕੱਢ ਕੇ ਜਿਹੜਾ ਉਹ ਇਸ ਨੂੰ ਕਵਰ ਕਰਨਾ ਹੈ, ਕੁਛ ਇਹ 'ਚ ਖਾਸ ਨਹੀਂ ਹੈ ਔਰ ਖਾਸ ਵੀ ਬਹੁਤ ਕੁਛ ਹੈ, ਲੇਕਿਨ ਇਹ ਤੁਸੀਂ ਮੇਰੀ ਹਾਈਟ ਦੇ ਮੁਤਾਬਕ ਵੀ ਲੈ ਸਕਦੇ ਹੋ। ਮੇਰੇ ਤੋਂ ਵੀ ਜਿਹੜਾ ਐਡੀ ਹਾਈਟ ਤੋਂ ਸ਼ਾਇਦ ਖਲੀ ਦੀ ਹੈ, ਖਲੀ ਤੋਂ ਵੀ ਉੱਪਰ ਜਾਂਦਾ। ਦੇਖੋ ਮੈਂ ਹੱਥ ਵੀ ਖੜਿਆ ਕਰ ਦਿੰਦਾ, ਲੇਕਿਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ। ਬਟ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਸ਼ਾਂਤੀਪੂਰਵਕ ਜਿਹੜੀ ਆ ਉਹ ਲੋਹੜੀ ਸੈਲੀਬ੍ਰੇਟ ਕਰੋ ਔਰ ਵਿਦਆਊਟ ਗੱਟੂ ਨਾ ਉਡਾਓ, ਪਲੇਨ ਡੋਰ ਦੇ ਨਾਲ ਡੋਰ ਜਿਹੜੀ ਉਡਾਓ, ਪੰਛੀ ਉਹਨਾਂ ਦੇ ਜਿਹੜੇ ਉਹ। ਚਲੋ ਮੈਂ ਸਾਰੇ ਹੀ ਜਿਹੜੇ ਆਸ ਪਾਸ ਦੇ ਲੋਕ ਆ ਉਹਨਾਂ ਨੂੰ ਕਹਿਣਾ ਜ਼ਰੂਰ ਵੇਖਿਓ ਮੰਨਣ ਦਾ ਗੁੱਡਾ, ਮੇਰਾ ਨਾਮ ਹੀ ਹੋ ਗਿਆ ਜੀ ਮੰਨਣ ਦਾ ਗੁੱਡਾ, ਔਰ ਸਕ੍ਰਿਪਟ ਦਾ ਨਾਮ ਹੋ ਜਾਊਗਾ ਮੰਨਣ ਦਾ ਗੁੱਡਾ 12 ਫੁੱਟੀਆ ਮੰਨਣ ਦਾ ਗੁੱਡਾ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮੱਚ। ਧੰਨਵਾਦ।